ਬਹੁਤ ਜ਼ਿਆਦਾ ਫੈਮਿਲੀਜ਼ ਦਾ ਸਾਨੂੰ ਸਵਾਲ ਆਉਂਦਾ ਵੀ ਅਸੀਂ ਆਸਟ੍ਰੇਲੀਆ ਦੇ ਵਿੱਚ ਵਿਜ਼ਟਰ ਵੀਜ਼ਾ 'ਤੇ ਹੁੰਦੇ ਹੋਏ ਕਿ USA ਦਾ ਵੀਜ਼ਾ ਲੈ ਸਕਦੇ ਹਾਂ, ਤਾਂ ਡੈਫੀਨੇਟਲੀ ਯੈਸ, ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਵਿਜ਼ਟਰ ਵੀਜ਼ਾ 'ਤੇ ਹੋ ਤਾਂ ਤੁਸੀਂ USA ਦਾ ਵੀਜ਼ਾ ਲੈ ਸਕਦੇ ਹੋ। ਓਮ ਗਲੋਬਲ ਨੇ ਪਿਛਲੇ ਲੰਮੇ ਸਮੇਂ ਤੋਂ ਇੱਦਾਂ ਦੀਆਂ ਫੈਮਿਲੀਜ਼ ਨੂੰ ਜੋੜਨ ਦਾ ਕੰਮ ਕੀਤਾ ਜਿਨ੍ਹਾਂ ਦੇ ਬੱਚੇ ਪਿਛਲੇ 10-15 ਸਾਲ ਤੋਂ USA ਦੇ ਵਿੱਚ ਪ੍ਰੋਟੈਕਸ਼ਨ ਵੀਜ਼ਾ 'ਤੇ ਸੀਗੇ, ਅਤੇ ਉਹਨਾਂ ਦੇ ਪੇਰੈਂਟਸ ਕੋਸ਼ਿਸ਼ ਕਰ ਰਹੇ ਸੀ ਵੀ ਆਪਣੇ ਅਸੀਂ ਬੱਚਿਆਂ ਨੂੰ USA ਜਾ ਕੇ ਮਿਲ ਕੇ ਆਈਏ। ਤਾਂ ਬਹੁਤ ਪੇਰੈਂਟਸ ਨੇ ਪਹਿਲਾਂ ਇੰਡੀਆ ਤੋਂ, ਕੈਨੇਡਾ ਤੋਂ ਜਾਂ ਹੋਰ ਕੰਟਰੀ ਤੋਂ USA ਦਾ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਪਰ ਸਕਸੈਸਫੁਲ ਨਹੀਂ ਹੋ ਪਾਏ। ਅਲਟੀਮੇਟਲੀ ਉਹਨਾਂ ਨੇ ਆਸਟ੍ਰੇਲੀਆ ਵਿਜ਼ਿਟ ਕੀਤਾ ਅਤੇ ਆਸਟ੍ਰੇਲੀਆ ਤੋਂ USA ਦਾ ਵੀਜ਼ਾ ਓਮ ਗਲੋਬਲ ਨੇ ਉਹਨਾਂ ਨੂੰ ਲਵਾ ਕੇ ਦਿੱਤਾ। ਬਹੁਤ ਇੱਦਾਂ ਦੇ ਸਟੂਡੈਂਟਸ ਵੀ ਆਸਟ੍ਰੇਲੀਆ ਦੇ ਵਿੱਚ ਸੀਗੇ ਜਿਨ੍ਹਾਂ ਦੇ ਪੇਰੈਂਟਸ ਪਿਛਲੇ ਲੰਮੇ ਸਮੇਂ ਤੋਂ USA ਦੇ ਵਿੱਚ ਸੀਗੇ, ਉਹਨਾਂ ਦੀ ਪ੍ਰੋਟੈਕਸ਼ਨ ਕਲੇਮਸ ਕਰਕੇ ਉਹ ਵੀ ਆਪਣੇ ਬੱਚਿਆਂ ਨੂੰ ਮਿਲ ਨਹੀਂ ਪਾਏ। ਇੱਦਾਂ ਦੇ ਸਟੂਡੈਂਟਸ ਨੇ ਵੀ ਪਿਛਲੇ ਲੰਮੇ ਸਮੇਂ ਦੇ ਵਿੱਚ ਓਮ ਗਲੋਬਲ ਦੀ ਟੀਮ ਨਾਲ ਸੰਪਰਕ ਕਰ ਕੀਤਾ ਅਤੇ USA ਦੇ ਵੀਜ਼ੇ ਲਏ ਆ। ਜੇਕਰ ਤੁਸੀਂ ਵੀ ਇੱਦਾਂ ਦੀ ਸਿਚੁਏਸ਼ਨ ਦੇ ਵਿੱਚੋਂ, ਤੁਹਾਡੀ ਕੋਈ ਫੈਮਿਲੀ USA ਦੇ ਵਿੱਚ ਹੈ ਅਤੇ ਉਹਨਾਂ ਨੇ ਕੋਈ ਪ੍ਰੋਟੈਕਸ਼ਨ ਕਲੇਮਸ ਪਾਏ ਹੋਏ ਆ, ਉਹਦੇ ਕਰਕੇ ਤੁਹਾਡਾ USA ਦਾ ਵੀਜ਼ਾ ਨਹੀਂ ਬਣ ਪਾਇਆ, ਤਾਂ ਤੁਸੀਂ ਓਮ ਗਲੋਬਲ ਦੀ ਟੀਮ ਨਾਲ ਸੰਪਰਕ ਕਰਕੇ USA ਦਾ ਵੀਜ਼ਾ ਲੈ ਸਕਦੇ ਹੋ। ਸਤਿ ਸ਼੍ਰੀ ਅਕਾਲ।